ਕੰਸੀ ਸੱਦਾ ਦੇਣਾ ਚਾਹਨੀ ਹਾਂ ਸੁਖੀ ਬਰਾੜ ਮੈਮ ਨੂੰ ਪਲੀਜ਼ ਹੋ ਮੰਚ ਤੇ ਆਨ ਸੁਖੀ ਮੈਮ ਸਾਡੀ ਪੰਜਾਬੀ ਗਾਇਕੀ ਦਾ ਮਾਣ ਹਨ ਸਾਫ ਸੁਥਰੀ ਗਾਇਕੀ ਦੇ ਮਾਲਿਕ ਹਨ ਅਤੇ ਸੰਸਕਾਰ ਭਾਰਤੀ ਪੰਜਾਬ ਦੇ ਪ੍ਰੈਜ਼ੀਡੈਂਟ ਵੀ ਨੇ ਅਸੀਂ ਚਾਹੁੰਦੇ ਹਾਂ ਕਿ ਉਹ ਸ਼ਗਿਰਦਾਂ ਨੂੰ ਅਸ਼ੀਰਵਾਦ ਦੇ ਰੂਪ ਵਿੱਚ ਦੋ ਸ਼ਬਦ ਕਹਿਣ ਸੁਖੀ ਬਰਾੜ ਮੈਮ ਵਿਰਸਾ ਪੰਜਾਬ ਦਾ ਇਹ ਬਾਬਲ ਮੇਰਾ ਤੇ ਮੇਰੇ ਵੀਰੇ ਪੰਜ ਦਰਿਆ ਮੇਰਾ ਬਾਣਾ ਮੇਰੀ ਆਬਰੋ ਮੇਰੇ ਗਹਿਣੇ ਸ਼ਰਮ ਹਜਾ ਤੇ ਕਲਾ ਹੀ ਮੇਰੀ ਜ਼ਿੰਦਗੀ ਤੇ ਪੰਜਾਬੀ ਬੋਲੀ ਮੇਰੀ ਮਾਂ ਤੇ ਪੰਜਾਬੀ ਬੋਲੀ ਮੇਰੀ ਮਾਂ ਅੱਜ ਦੇ ਇਸ ਬਹੁਤ ਹੀ ਕੀ ਕਹਿ ਲਵਾਂ ਮੈਂ ਕਿ ਬਹੁਤ ਹੀ देर बाद ਰੂਹ ਨੂੰ ਸਕੂਨ ਦੇਣ ਵਾਲੇ ਪ੍ਰੋਗਰਾਮ ਦੇ ਵਿੱਚ تشریفਰਾ तमाम ਮਾਜ਼ਿਸ ਸ਼ਖਸੀਅਤਾਂ ਮੇਰੇ ਸਾਹਮਣੇ ਜੋ تشریف ਫਰਮਾਣੇ ਦੇਸ਼ਾਂ ਵਿਦੇਸ਼ਾਂ ਤੋਂ ਸੱਚੀ ਕਹਨੀ ਹੈ ਮੈਨੂੰ ਐਨੀ ਖੁਸ਼ੀ ਹੋਈ ਬੱਚਿਆਂ ਨੂੰ ਵੇਖ ਕੇ ਖਾਸ ਕਰਕੇ ਕਿਉਂਕਿ ਮੈਂ ਨਾਰਥ ਜ਼ੋਨ ਕਲਚਰ ਸੈਂਟਰ ਚ ਵੀ ਪ੍ਰੋਗਰਾਮ ਆਫਸ ਰਹੀ ਹਾਂ ਤੇ ਚਾਰ ਸਾਲ ਹਰਬੱਲਵ ਸੰਗੀਤ ਸਮੇਲਨ ਚ ਅਸੀਂ ਕਲਾਕਾਰ ਭੇਜਦੇ ਸੀ ਮੈਂ ਤਾਂ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਮੈਂ ਸੁਖੀ ਬਰਾੜ ਵੀ ਕਦੇ ਗਾਲੇਗੀ ਜਾਂ ਕਲਾਕਾਰ ਬਣੇਗੀ ਕਿਉਂਕਿ ਯੂਨੀਵਰਸਿਟੀ ਦੇ ਸਮੇਂ ਚ ਆਈ ਵਾਸ ਦਾ ਬੈਸਟ ਡਾਂਸਰ ਫੋਕ ਗਿੱਧਾ ਪਾਉਂਦੀ ਸੀ ਪੋਲੀਆਂ ਵਰਲੀਆਂ ਪਾ ਲੈਣੀਆਂ ਲਾਈਕ ਦੈਟ ਪਰ ਮੈਂ ਦਾ ਦਿੰਨੀ ਆ ਕੁਲਵਿੰਦਰ ਸਿੰਘ ਜੀ ਨੂੰ ਕਿਉਂਕਿ ਜਦੋਂ ਮੈਂ ਨਾਰਥ ਜ਼ੋਨ ਸੀ ਮੈਂ ਵੱਧ ਤੋਂ ਵੱਧ ਵਰਕਸ਼ਾਪਾਂ ਲਵਾਈਆਂ ਸਮੇਂ ਦੀ ਲੋੜ ਹੈ ਜਿਹੜੇ ਉਸਤਾਦ ਨੇ ਮਾਈਂਡ ਨਾ ਕਰਿਓ ਬਹੁਤ ਉਸਤਾਦ ਆਪਣੀ ਸਿੱਖਿਆ ਦੇਣ ਤੋਂ ਸੰਕੋਚ ਕਰ ਰਹੇ ਨੇ ਬਹੁਤ ਵੱਡੇ ਵੱਡੇ ਗੁਣੀ ਬੈਠੇ ਨੇ ਸਾਡੇ ਗਿੱਧਿਆਂ ਦੇ ਭੰਗੜਿਆਂ ਦੇ ਪਰ ਸਿੱਖਿਆ ਦੇਣ ਤੋਂ ਕਤਰੰਦੇ ਨੇ ਕਿ ਸਾਡੇ ਕੋਈ ਅੱਗੋਂ ਗੁਣ ਕੋਈ ਹੋਰ ਨਾ ਲੈ ਜਾਏ ਪਰ ਮੈਂ ਦਾਤ ਦੇਣੀ ਇੱਕ ਵਾਰੀ ਜ਼ੋਰਦਾਰ ਸਾਡੀ ਕੁਲਵਿੰਦਰ ਸਿੰਘ ਜੀ ਦੇ ਨਾਂ ਤੇ ਜਿਨ੍ਹਾਂ ਨੇ ਆਪਣੇ ਉਸਤਾਦਾਂ ਦੀ ਪਰੰਪਰਾ ਨੂੰ ਕਾਇਮ ਰੱਖਦਾ ਹੋਇਆ ਪਰੰਪਰਾ ਅੱਗੇ ਤੋਰ ਰਹੇ ਹਨ ਤੇ ਐਡੇ ਵਧੀਆ ਸਟੂਡੈਂਟਸ ਜਿਨ੍ਹਾਂ ਦਾ ਮੈਂ ਮੈਂ ਕਹਿ ਸਕਦੀ ਆ ਦਾਅਵੇ ਨਾਲ ਕਹਿ ਸਕਦੀ ਆ ਕਿ ਜੇ ਹਰ ਖੇਤਰ ਚ ਕਲਾ ਦੇ ਹਰ ਖੇਤਰ ਦੇ ਵਿੱਚ ਕਿਉਂਕਿ ਕਲਾ ਦਾ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਹੁੰਦੀ ਕਲਾ ਦਾ ਕਲਾ ਤਾਂ ਕਲਾ ਹੈ ਕਲਾ ਜ਼ਿੰਦਗੀ ਹੈ ਕਲਾ ਪੂਜਾ ਹੈ ਕਲਾ ਸਾਧਨਾ ਹੈ ਕਿਉਂਕਿ ਜਿਸ ਤਰ੍ਹਾਂ ਅੱਜ ਕੱਲ ਦਾ ਮਾਹੌਲ ਹੈ ਮੈਂ ਦੇਖ ਰਹੀ ਸੀ ਸਾਰੇ ਸਰਦਾਰ ਬੱਚੇ ਦਸਤਾਰਾਂ ਸਜੀਆਂ ਹੋਈਆਂ ਕਿੰਨਾ ਸੋਹਣਾ ਕਿੰਨਾ ਸੋਹਣਾ ਮਿਊਜ਼ਿਕ ਦਾ ਤਪਲੇ ਦਾ ਪ੍ਰਦਰਸ਼ਨ ਕਰ ਰਹੇ ਨੇ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਕਮਲੇਸ਼ਿੰਦਰ ਜੀ ਕਿਉਂਕਿ ਮੈਂ ਵੀ ਸੈਂਟਰ ਚ ਲਾ ਰਹੀ ਹਾਂ ਦੇਵ ਸਵਾਜ ਕਾਲਜ ਦੇ ਵਿੱਚ ਵਰਲਡ ਪੰਜਾਬੀ ਹੈਰੀਟੇਜ ਸੈਂਟਰ ਮੇਰਾ ਜਿਆਦਾ ਮੈਂ ਗਾਇਕੀ ਸ਼ੌਕਨ ਵਾਲੀ ਗੱਲ ਨਹੀਂ ਹੈ ਸਭ ਨੂੰ ਪਤਾ ਜੇ ਦਿਲ ਕਰੇ ਪ੍ਰੋਗਰਾਮ ਕਰ ਲਿਆ ਜੇ ਕੋਈ ਕਲਚਰ ਨੂੰ ਮਾਨ ਸਨਮਾਨ ਦੇਣ ਵਾਲਾ ਹੋਵੇ ਜਿਆਦਾ ਮੇਰਾ ਹੈਗਾ ਲੋਕਾਂ ਨੂੰ ਬੱਚਿਆਂ ਨੂੰ ਯੰਗ ਜਨਰੇਸ਼ਨ ਨੂੰ ਵਿਰਸੇ ਨਾਲ ਜੋੜਨਾ ਆਪਣੀਆਂ ਜੜ੍ਹਾਂ ਨਾਲ ਜੋੜਨਾ ਕਿਉਂਕਿ ਇੱਕ ਕਲਾ ਹੀ ਹੈ ਇਹ ਜਿਹੇ ਚੀਜ਼ ਹੈ ਜਿਹੜੀ ਆਪਣੀ ਸੰਸਕ੍ਰਿਤੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਦੀ ਹੈ ਕਲਾ ਇੱਕ ਮਾਧਿਅਮ ਹੈ ਸੰਗੀਤ ਕਹਿ ਲਈਏ ਕਲਾ ਕਿਸੇ ਵੀ ਕਿਸਮ ਦੀ ਹੋਈਏ ਭਾਵੇਂ ਫਾਈਨ ਆਰਟਸ ਭਾਵੇਂ ਤਪਲਾ ਭਾਵੇਂ ਢੋਲ ਕੀ ਭਾਵੇਂ ਢੋਲਕ ਹੈ ਇਹ ਆਪਾਂ ਨੂੰ ਆਪਣੀ ਪੁਰਾਣੀ ਸੰਸਕ੍ਰਿਤੀ ਨਾਲ ਵਿਰਸੇ ਨਾਲ ਜੋੜ ਕੇ ਰੱਖਦੀ ਹੈ ਔਰ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣਾ ਜਿੰਨਾ ਕੁ ਮੇਰਾ ਗਿਆਨ ਹੈ ਮੈਂ ਕਾਲਜਾਂ 'ਚ ਜਾਨੀਆ ਸਕੂਲਾਂ 'ਚ ਜਾਨੀਆ ਅਰਚੋਪਰੇ ਕੇ ਕੰਮ ਕਰਦੀ ਆ ਕਿਉਂਕਿ ਲੋਕ ਕੰਮ ਥੋੜਾ ਕਰਦੇ ਰੌਲਾ ਜਿਆਦਾ ਪਾਉਂਦੇ ਮੇਰੇ ਖਿਆਲ 15 ਕ ਦੇਸ਼ਾਂ ਦੀ ਮੈਂ ਸੈਰ ਕਰ ਚੁੱਕੀ ਆ ਆਏ ਹੋਏ ਨੇ ਆਪਣੇ ਬੁੱਟਰ ਸਾਹਿਬ ਕੇ ਕੀ ਨਾਸੇ ਇਹਨਾਂ ਦਾ ਜਿਹੜੇ ਕੈਲ ਵੈਨਕੂਵਰ ਤੋਂ ਆਏ ਨੇ ਮੱਲੀ ਸਾਹਿਬ ਮੱਲੀ ਸਾਹਾ ਮੇਰੇ ਬੱਚੇ ਵੀ ਦੇਰ ਸੈਟਲਡ ਇਨ ਕੈਨੇਡਾ ਮੈਂ ਵੀ ਔਰ ਮੈਂ ਦਿਲ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਂ ਬਾਹਰ ਜਾਣੀ ਆ ਜਦੋਂ ਬਾਹਰਲੇ ਪੰਜਾਬੀਆਂ ਨੇ ਆਪ ਤੁਸੀਂ ਕੈਡਮੀ ਦਾ ਨਾਮ ਵੀ ਲਿਖਿਆ ਜਿਹੜੀ ਕੈਲਗਰੀ ਤੋਂ ਚਲਾ ਰਹੇ ਨੇ ਜਦੋਂ ਮੈਂ ਵਿਦੇਸ਼ਾਂ 'ਚ ਜਾਂਦੀ ਆ ਉਧਰ ਵੱਸਦੇ ਪੰਜਾਬੀਆਂ ਨੇ ਆਪਣੇ ਪੰਜਾਬੀਆਂ ਨਾਲੋਂ ਆਪਣੇ ਵਿਰਸੇ ਨੂੰ ਆਪਣੇ ਧਰਮ ਨੂੰ ਆਪਣੇ ਸੱਭਿਆਚਾਰ ਨੂੰ ਇਸ ਇਸ ਮੁਲਕ ਦੇ ਪੰਜਾਬੀਆਂ ਨਾਲੋਂ ਜ਼ਿਆਦਾ ਸਾਹਮ ਕੇ ਰੱਖਿਆ ਔਰ ਜ਼ਿਆਦਾ ਖਿੱਚਿਆ ਉਹਨਾਂ ਦੇ ਵਿਰਸੇ ਦੇ ਪ੍ਰਤੀ ਇੱਥੇ ਤੇ ਮੈਂ ਆਪਣੇ ਸਾਥੀ ਕਲਾਕਾਰ ਜਿਹੜੇ ਅੱਜਕੱਲ ਮੇਰੇ ਨਾਲ ਫਿਲਮਾਂ 'ਚ ਆ ਗਿਆ ਗਿੱਪੀ ਗਰੇਵਾਲ ਤੋਂ ਲੈ ਕੇ ਸਾਰਿਆਂ ਨੂੰ ਮੈਂ ਇੱਕ ਇੱਕ ਗੀਤ ਸਟੇਜ ਤੇ ਮਾਈਨ ਨਗਰ ਪ੍ਰਸਤੀ ਇਹਨਾਂ ਦੀ ਕਰਵਾਉਂਦੀ ਰਹੀ ਆ ਚਾਰ ਕ ਪੈਸੇ ਆ ਜਾਂਦੇ ਨੇ ਸੱਬਿਆਚਾਰ ਬਾਮ ਬੋਲੀ ਨੂੰ ਤਾਂ ਕਿਦੜੇ ਮਾਰਦੇ ਚਲਾ ਕੇ ਪਤਾ ਹੀ ਨਹੀਂ ਲੱਗਦਾ ਵੀ ਵੱਟ ਦੇ ਆਰ ਸਿੰਗਿੰਗ ਦੇ ਡੋਟ ਨੋ ਅਬਾਊਟ ਥੈਟ ਦੇ ਡੋਟ ਨੋ ਅਬਾਊਟ ਦਾ ਮੀਨਿੰਗ ਗੀਤ ਦਾ ਪਤਾ ਹੀ ਨਹੀਂ ਹੁੰਦਾ ਪਤਾ ਨਹੀਂ ਅਰ ਤੁਸੀਂ ਦੇਖੋ ਜਿੰਨੀਆਂ ਸਰਕਾਰਾਂ ਅੱਜ ਤੱਕ ਆਈਆਂ ਮੈਨੂੰ ਕੋਈ ਹੈਜ਼ਿਟੇਸ਼ਨ ਨਹੀਂ ਕਿਉਂਕਿ ਮੈਂ ਮੈਰਿਡ ਵੀ ਇੱਕ ਪੋਲੀਟੀਕਲ ਫੈਮਿਲੀ ਚ ਮੈਰਿਡ ਹਮ ਐ ਕਿਉਂਕਿ ਗਾਇਕੀ ਨੂੰ ਸਾਡੇ ਤਾਂ ਬਹੁਤ ਬਾੜਾ ਸਮਝਦੇ ਸੀ ਮੈਂ ਤਾਂ ਪਤਾ ਨਹੀਂ ਕਿਵੇਂ ਸਿੰਗਰ ਬਣੀ ਆ ਨਾਰਥ ਜੋਨ ਤੋਂ ਬਾਅਦ ਹੀ ਇਹੋ ਜੀਆਂ ਕਲਾਵਾਂ ਜਦੋਂ ਮੈਂ ਹਰਬੱਲਵ ਚ ਸੁਨਣਾ ਬੱਚਿਓ ਟਾਈਮ ਲਾ ਰਹੀਆਂ 2 ਮਿੰਟ ਤਾਂ ਮੈਨੂੰ ਬੜਾ ਅੱਛਾ ਲੱਗਣਾ ਆਪਾਂ ਨੂੰ ਜੱਟਾ ਨੂੰ ਕੀ ਪਤਾ ਹੁੰਦਾ ਵੀ ਕੀ ਪਰ ਮੈਨੂੰ ਇੰਨਾ ਚੰਗਾ ਲੱਗਣਾ ਜਦੋਂ ਤਬਲਾ ਵਜਾਣਾ ਮੇਰੇ ਖਿਆਲ ਪੰਡਿਤ ਜਸ਼ਰਾਜ ਜੀ ਵਰ ਸਭ ਨੂੰ ਮੈਂ ਮਿਲੀ ਹੋਈਆਂ ਪਰ ਮੈਨੂੰ ਲੱਗਦਾ ਸੀ ਵੀ ਇਹ ਕੋਈ ਕਿਉਂਕਿ ਉਦੋਂ ਮੈਂ ਹਜੇ ਕਲਾਕਾਰ ਨਹੀਂ ਸੀ ਬਣੀ ਮੈਂ ਅਫਸਰ ਸੀ ਉਦੋਂ ਨਾਰਥ ਜਨ ਬਟ ਇੱਕਦਮ ਹੀ ਮੈਂ ਡਿਸਾਈਡ ਕਰਕੇ ਮੇਰੇ ਕੋਲੇ ਬਡਾਲੀ ਬ੍ਰਦਰਸ ਆਏ ਕਿਉਂਕਿ ਉਹਨਾਂ ਦਾ ਦੇਖ ਰੇ ਕੇ ਇਹੋ ਜੀ ਸੀ ਮੈਂ ਕਿਹਾ ਵੀ ਸ਼ਾਇਦ ਇਹ ਫਿਲਮਾਂ 'ਚ ਕੰਮ ਕਰਦੇ ਹੋਣਗੇ ਵਿਲੀਅਨ ਦਾ ਰੋਲ ਜਦੋਂ ਵੱਡੇ ਵੱਡੇ ਵੀਰ ਬਡਾਲੀ ਆ ਉਹ ਕਹਿੰਦੇ ਮੈਡਮ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਬੜੀ ਦਿਲ ਵੀ ਪੇਮੈਂਟ ਕਲਾਕਾਰਾਂ ਦੀ ਇਹ ਗੱਲਾਂ ਸੁਣਨੀਆਂ ਵੀ ਜ਼ਰੂਰੀ ਆ ਜਦੋਂ ਉਹ ਮੇਰੇ ਕੋਲ ਆਏ ਮੈਂ ਕਿਹਾ ਜੀ ਦੱਸੋ ਫਿਲਮ ਫਿਲਮ ਚ ਕੰਮ ਕਰਦੇ ਹੋ ਕਹਿੰਦੇ ਮੈਂ ਬੜਾ ਗੰਦੇ ਜੇ ਮੈਂ ਕਿਹਾ ਅੱਛਾ ਜੀ ਪੁੱਛ ਲਿਓ ਉਹਨਾਂ ਨੂੰ ਮੈਂ ਕਿਹਾ ਸੁਣਾਓ ਮੈਨੂੰ ਲੱਗੇ ਨਾ ਵੀ ਦੇ ਆਰ ਸਿੰਗਰਸ ਯੂ نو ਥੱਲੇ ਬਹਿ ਕੇ ਪੜਾਠੀ ਮਾਰ ਕੇ ਉਹਨਾਂ ਦੇ ਨਾਲ ਮੰਨਾ ਸੀ ਤਪਲੇ ਵਾਲਾ ਮੇਰੇ ਖਾਲ ਜਾਣਦੇ ਹੋਗੇ ਤੁਸੀਂ ਮਸ਼ਹੂਰ ਸੀ ਕਮਲੇਸ਼ਿੰਦਰ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਬੈਠੇ ਨੇ ਉਹਨਾਂ ਨੇ ਜਦੋਂ ਵਜਾਇਆ ਮੇਰੇ ਅੰਦਰ ਐਵੇਂ ਹਲੂਣਾ ਜਾ ਵੱਜਿਆ ਵੀ ਸਾਡੇ ਘਰ ਦੇ ਤਾਂ ਜੁੱਤੀਆਂ ਮਾਰਦੇ ਸੀ ਮੈਂ ਕਿੰਨੀ ਕਲਾ ਤਾਂ ਕਿੱਡੀ ਵਧੀਆ ਚ ਕਿਉਂਕਿ ਮੇਰੇ ਬਰਦਰ ਦੇ ਘੱਡੀ ਜੀ ਵੀ ਰਿਟਾਇਰ ਹੋਏ ਨੇ ਮੈਂ ਇਹੋ ਜੀ ਫੈਮਿਲੀ ਨੂੰ ਬਿਲੋਂਗ ਕਰਦੀ ਆ ਜਿੱਥੇ ਕਲਾ ਨੂੰ ਇੰਨੇ ਨਫ਼ਰਤ ਕਰਦੇ ਸੀ ਜਦੋਂ ਮੇਰਾ ਪਹਿਲਾ ਗੀਤ ਰਿਲੀਜ਼ ਹੋਇਆ ਮੈਂ ਪਪੂਲਰ ਹੋਈ ਇੱਕੋ ਗੀਤ ਨਾਲ ਇਹਦਾ ਰੰਗ ਸੰਧੋਰੀ ਹੈ ਗੋਰੀ ਚਿੱਟੀ ਹੈ ਲਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਹੈ ਮੇਰੇ ਦਾਦਾ ਜੀ ਤਹਿਸੀਲਦਾਰ ਸਨ ਮੇਰੇ ਨਾਨਾ ਜੀ ਜਰਨਲ ਆਰਮੀਜ਼ ਤੇ ਉਹਨਾਂ ਦੀ ਪੋਤੀ ਤੇ ਦੋਤੀ ਗਾ ਰਹੀ ਹੈ ਤੇ ਮੈਂ ਗੀਤ ਲੈ ਕੇ ਆਈ ਬਲੋਂਗ ਟੂ ਬਠਿੰਡਾ ਡਿਸਟ੍ਰਿਕਟ ਬੇਸਿਕਲੀ ਜਿੱਥੇ ਜਵੇਂ ਮਤਲਬ ਪੜ੍ਹ ਲਿਖ ਕੇ ਵੀ ਲੋਕ ਓਵੇਂ ਉਹਨਾਂ ਦੀ ਜਿਹੜੀ ਸੋਚ ਆ ਉੱਥੇ ਹੀ ਰਹਿੰਦੀ ਹੈ ਜਦੋਂ ਮੈਂ ਗੀਤ ਲੈ ਕੇ ਗਈ ਮੇਰੇ ਦਾਦਾ ਜੀ ਜਿਉਂਦੇ ਸੀ ਮੈਂ ਕਿਹਾ ਜੀ ਇਹ ਗੀਤ ਕਹਿੰਦੇ ਕਿੰਨਾ ਸੋਹਣਾ ਗੀਤ ਹੈ ਕਹਿੰਦੇ ਜਦੋਂ ਪੰਜਾਬ ਦੀ ਮਿੱਟੀ ਸੁਣਾਇਆ ਤੇ ਜਦੋਂ ਉਹਨਾਂ ਨੂੰ ਪਤਾ ਉਹਦਾ ਮੇਰਾ ਖਿਆਲ ਉਹ ਟੇਪ ਨਹੀਂ ਹੁੰਦੀ ਸੀ ਕਿ ਜੀ ਚ ਆਪਾਂ ਕੈਸਟ ਜੀ ਵੜਦੇ ਹੁੰਦੇ ਸੀ ਯੂ ਰਿਮੈਂਬਰ ਥੈਟ ਕਹਿੰਦੇ ਗਾਇਆ ਕਿਨੇ ਬੜਾ ਸੋਹਣਾ ਗਾਇਆ ਮੈਂ ਕਿਹਾ ਤੁਹਾਡੀ ਪੋਤੀ ਨੇ ਚੁਲਾ ਕੇ ਮਾਰੀ ਉਹਨਾਂ ਕਲਾ ਜਿਹੜੀ ਕਲਾ ਨੂੰ ਨਾ ਤਾਂ ਕੋਈ ਦਬਾ ਸਕਦਾ ਮੈਂ ਤੁਹਾਡੇ ਸਾਹਮਣੇ ਖੜੀ ਆ ਬਹੁਤ ਕੋਸ਼ਿਸ਼ ਕੀਤੀ ਘਰਦਿਆਂ ਨੇ ਮੇਰੀ ਕਲਾ ਨੂੰ ਦਬਾਉਣ ਦੀ ਫਿਰ 94 ਚ ਮੈਂ ਆਹ ਮਾਰਿਆ ਰਿਜ਼ਾਈਨ ਚਾਕੇ ਪ੍ਰੋਗਰਾਮ ਅਫਸਰੀ ਤੋਂ ਤੇ ਮੈਂ ਗਾਇਕੀ ਚ ਗੁੱਧ ਵੀ ਇਹਨਾਂ ਦੀ ਵਜ੍ਹਾ ਕਰਕੇ ਕਿਉਂਕਿ ਕਲਾਕਾਰਾਂ ਨੂੰ ਸੁਣਨਾ ਸਭ ਨੇ ਆਉਣਾ ਮੈਨੂੰ ਲੱਗਿਆ ਵੀ ਮੈਨੂੰ ਇਹ ਇਹਦੇ ਚ ਛਾਲ ਮਾਰ ਜਾਣੀ ਚਾਹੀਦੀ ਔਰ ਸਰਕਾਰਾਂ ਨੂੰ ਵੀ ਚਾਹੀਦਾ ਪ੍ਰਾਈਵੇਟ ਆਧਾਰਾਂ ਨੂੰ ਵੀ ਚਾਹੀਦਾ ਜਿਵੇਂ ਕੁਲਵਿੰਦਰ ਸਿੰਘ ਜੀ ਨੇ ਅੱਜ ਵਰਕਸ਼ਾਪ ਲਾਈ ਹੈ ਵੱਧ ਤੋਂ ਵੱਧ ਮੇਰੀ ਵੀ ਕੋਸ਼ਿਸ਼ ਹੋਈ ਕਿ ਮੈਂ ਸੰਸਕਾਰ ਘਰਤੀ ਦੀ ਵੀ ਸੇਵਾ ਨਿਭਾ ਰਹੀ ਹਾਂ ਕਿਉਂਕਿ ਮੈਂ ਤ론 ਦੱਸਿਆ ਜਾਤ ਪਾਤ ਧਰਮ ਰਾਜਨੀਤਿਕ ਗੱਲਾਂ ਤੋਂ ਬਹੁਤ ਦੂਰ ਆ ਕਹਿੰਦੇ ਹੁੰਦੇ ਨਾ ਜਿੱਥੇ ਦੇਖਾ ਤਵਾ ਪ੍ਰਾਤ ਉੱਥੇ ਕੰਮ ਆ ਸਾਰੀ ਰਾਤ ਮੈਨੂੰ ਜਿੱਥੇ ਕਲਾ ਲੱਭਦੀ ਐ ਮੈਂ ਉਹਦੇ ਨਾਲ ਹੀ ਜੁੜ ਜਾਨੀ ਐ ਕਲਾ ਜਿੱਥੇ ਮਰਜ਼ੀ ਹੋਵੇ ਆਪਾਂ ਕਲਾ ਨੂੰ ਪਿਆਰ ਕਰਦੇ ਐ ਪੋਲੀਟਿਕਲ ਪਾਰਟੀ ਕੋਈ ਵੀ ਹੋਵੇ ਤੁਸੀਂ ਵੇਖੋ ਹੁਣ ਟੀਵੀ ਲਾਉਣੇ ਕਿੰਨਾ ਰੌਲਾ ਸ਼ੋਰ ਸ਼ਰਾਬਾ ਸੁਣਦੇ ਹੋ ਮੈਂ ਕਹਿੰਨੀ ਐ ਜੇ ਹਰ ਘਰ ਹਰ ਪਿੰਡ ਦੇ ਵਿੱਚ ਜਿੰਮ ਵੀ ਹੋਵੇ ਇੱਕ ਅਕੈਡਮੀ ਖੋਲਦੇ ਹੋ ਗੀਤ ਨਾਚ ਭੰਗੜੇ ਬੱਚੇ ਕਿਸੇ ਪਾਸੇ ਮਾੜੀ ਬਰਾਈ ਨੂੰ ਚੱਲਦਾ ਹੀ ਨਹੀਂ ਏ ਰੋਲਾ ਪਾ ਰਹੇ ਜਾਂ ਸਰਕਾਰਾਂ ਐ ਕਰ ਦੇਾਂਗੇ 2000 ਦੇ ਦੇਾਂਗੇ 3000 ਦੇ ਦੇਾਂਗੇ ਇਹ ਕਰ ਦੋ ਉਹ ਕਾਕਾ ਦੇ ਕਿਸੇ ਨੇ ਕਲਾ ਦੀ ਗੱਲ ਕੀਤੀ ਹੈ ਕਲਾਕਾਰਾਂ ਨੂੰ ਯੂਜ਼ ਜ਼ਰੂਰ ਕਰ ਰਿਹਾ ਐਨੂੰ ਖੜਾਉਣਾ ਇਲੈਕਸ਼ਨ ਚ ਐਨੂੰ ਖੜਾਉਣਾ ਮੇਰੇ ਕੋਲੇ ਵੀ 20 ਸਾਲਾਂ ਦੀਆਂ ਆਫਰਜ਼ ਆ ਰਹੀਆਂ ਨੇ ਬਟ ਕਿਸੇ ਕਿਸੇ ਨੇ ਇਹ ਕਿਹਾ ਵੀ ਪਿੰਡ ਪਿੰਡ ਦੇ ਵਿੱਚ ਅਕੈਡਮੀ ਸਥਾਪਿਤ ਕਰ ਦਿਓ ਜਿੱਥੇ ਬੱਚੇ ਕਲਾ ਨਾਲ ਵੀ ਜੁੜਨ ਜਿੰਮ ਵੀ ਜਾਣ ਔਰ ਉਸ ਅਕੈਡਮੀ ਦੇ ਵਿੱਚ 뮤직 ਵੀ ਸਿਖਾਇਆ ਜਾਵੇ ਸ਼ਬਦ ਕੀਰਤਨ ਵੀ ਭਜਨ ਵੀ ਹਰ ਧਰਮ ਦਾ ਗੋਤ ਜਾਤ ਪਾਤ ਗਿੱਧੇ ਪੰਗੜੇ ਤਾਂ ਦੱਸੋ ਸਾਡੀ ਯੂਥ ਕਿੱਧਰ ਜਾਏਗੀ ਕਿਸ ਕਿਹਦਰਾ ਨਹੀਂ ਖਤਰਾ ਸੋ ਵਧਾਈ ਦੇ ਪਾਤਰ ਨੇ ਕੁਲਵਿੰਦਰ ਸਿੰਘ ਜੀ ਮੈਂ ਜਾ ਦੇ ਕਾ ਕਿ ਮੇਰਾ ਵੀ ਦਿਲ ਕਰਦਾ ਮੈਂ ਆਪਣੇ ਪੁੱਤਰਾਂ ਨੂੰ ਸੋਣਾ ਬੱਚਿਆਂ ਨੂੰ ਔਰ ਜਲਦੀ ਹੀ ਅਸੀਂ ਸੰਸਕਾਰ ਭਾਰਤ ਦੇ ਵੱਲੋਂ ਵੀ ਇਹੋ ਜੇ ਟੈਲੈਂਟਡ ਬੱਚਿਆਂ ਨੂੰ ਸਰਟੀਫਿਕੇਟ ਵੀ ਦੇਵਾਂਗੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕਰਾਂਗੇ ਐਂਡ ਮੇਰੀ ਕੋਸ਼ਿਸ਼ ਹੈ ਪ੍ਰਮਾਤਮਾ ਮਿਹਰ ਕਰੇ ਕਿਉਂਕਿ ਮੈਂ ਵੱਖ-ਵੱਖ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਮਿਹਰ ਹੁੰਦੀ ਰਹਿੰਦੀ ਹੈ ਹੁਣ ਵੀ ਮੈਂ ਐਜ਼ ਅ ਡਾਇਰੈਕਟਰ ਕੰਮ ਕਰ ਰਹੀ ਹਾਂ ਔਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਮੇਰਾ ਟੈਲੈਂਟ ਵੀ ਹੈ ਮੈਂ ਵੀ ਅੱਗੋਂ ਕੁੜੀਆਂ ਨੂੰ ਆਪਦਾ ਫੋਕਸ ਕਰ ਰਹੀਆਂ ਲੋਕ ਗਾਇਕੀ ਕਿਉਂਕਿ ਜਿਹੜਾ ਕਲਾਸਿਕਲ ਹੈ ਨਾ ਇਹ ਫੋਕ ਚੋਂ ਹੀ ਪੈਦਾ ਹੋਇਆ ਯੂ نو ਥੈਟ ਪਹਿਲਾਂ ਫੋਕ ਆਇਆ ਫਿਰ ਕਲਾਸਿਕਲ ਆਇਆ ਮੈਂ ਜਦੋਂ ਪਹਿਲੀ ਵਾਰੀ ਗਾਇਆ ਸੰਗੀਤ ਨਾਟਕ ਅੰਡੀ ਮੈਨੂੰ ਪਤਾ ਹੀ ਨਹੀਂ ਸੀ ਮੈਂ ਗਾ ਕੀ ਰਹੀ ਆ ਮੈਨੂੰ ਪੁੱਛੇ ਤੇ ਸਾਰੇ ਕਹਿੰਦੇ ਤੁਸੀਂ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਮੈਂ ਕਿਹਾ ਸਿੱਖਿਆ ਸਿੱਖਿਆ ਕਿੱਥੋਂ ਨਹੀਂ ਦਾਦੀਆਂ ਪੜਦਾਦੀਆਂ ਗਾਉਂਦੀਆਂ ਸੀ ਸੋ ਫੋਕ ਦੀਆਂ ਕੰਪੋਜੀਸ਼ਨਸ ਵੀ ਇੰਨੀਆਂ ਟਫ ਨੇ ਨਾ ਜਿਹੜੀਆਂ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੈ ਸੋ ਵਧੀਆ ਲੱਗਿਆ ਕਲਾਕਾਰਾਂ ਦੀ ਦੁਨੀਆ 'ਚ ਜਦੋਂ ਵੀ ਜਾਣੀਏ ਕਿ ਕਿਉਂਕਿ ਕਲਾ ਤਾਂ ਕਲਾ ਹੈ ਕਲਾ ਸਾਧਨਾ ਹੈ ਕਲਾ ਪੂਜਾ ਹੈ ਕਲਾ ਲਾਈਫ ਹੈ ਔਰ ਕਲਾ ਦੀ ਕੋਈ ਜਾਤ ਨਹੀਂ ਹੁੰਦੀ ਇਹਦੇ ਨਾਲ ਹੀ ਮੈਂ ਸਮਾਪਤੀ ਚਾਹਾਂਗੀ ਜੇ ਕੋਈ ਗਲਤ ਗੱਲ ਕਹੀ ਗਈ ਹੋਵੇ ਪਰ ਮੈਂ ਕਹਿੰਦੀ ਹਮੇਸ਼ਾ ਸੱਚਾ ਹਮੇਸ਼ਾ ਸੱਚ ਦੀ ਕੋਸ਼ਿਸ਼ ਕਰਦੀ ਆ ਥੈਂਕ ਯੂ एवरीवन ਬਾਡੀ ਗੋਡ ਬlesਸ ਯੂ ਥੈਂਕ ਯੂ